ਲਓ ਜੀ ਆਹ ਮੇਰੇ 10 ਪਰ ਪੱਠੇ ਸਾਫ਼ ਜਿਹੜੇ ਜਿਹੜੇ 10 ਕੰਨੀਆਂ ਸਾਫ਼ ਕਰ ਚੁੱਕੇ ਹੋਏ ਆ ਅਤੇ ਇਹ ਪੱਠੇ ਆ ਸਾਰੇ ਵੀ ਦੇਖ ਲਓ ਤੁਹਾਡੇ ਸਾਹਮਣੇ ਸਾਰੇ ਮੈਂ ਪੱਠੇ ਦਿਖਾ ਰਿਹਾ ਘਰ ਦੇ ਜਿੰਨੇ ਨਿਕਲੇ ਹੋਏ ਆ ਅਤੇ ਦੇਖ ਲਓ ਤੁਹਾਡੇ ਸਾਹਮਣੇ ਖੁੱਡਿਆਂ ਦੀ ਸਫਾਈ ਦੇਖ ਲਓ ਮੈਂ ਦਿਖਾ ਰਿਹਾ ਤੁਹਾਨੂੰ ਵੀ ਦੇਖੋ ਕਿੰਨੀ ਸਫਾਈ ਖੁੱਡਿਆਂ ਦੀ ਹੈ ਅਤੇ ਦੇਖੋ ਫੱਟੀਆਂ 'ਤੇ ਵੀ ਜਿਨ੍ਹਾਂ 'ਤੇ ਬਹਿੰਦੇ ਆ ਨਾ ਜਿਵੇਂ ਕਬੂਤਰ ਉਹ ਵੀ ਸਫਾਈ ਕਰਨੀ ਪੈਂਦੀ ਫੱਟੀਆਂ ਦੀ ਨਹੀਂ ਮੈਂ ਕਈ ਕਬੂਤਰ ਖੜਾਈਆਂ ਘਰ ਜਾਂਦਾ ਫੱਟੀਆਂ ਦੇ ਉੱਤੇ 4-4 ਕਿਲੋ ਬਿੱਠ ਜੰਮੀ ਹੁੰਦੀ ਹੈ ਕਿਉਂ ਮੈਂ ਇਹੀ ਕਹਿੰਦਾ ਹਰ ਕਬੂਤਰ ਖਿਡਾਰੀ ਨੂੰ ਆਪਣੇ ਬੱਚਿਆਂ ਨੂੰ ਵੱਧ ਕੇ ਸਮਝੋ ਕਬੂਤਰਾਂ ਨੂੰ ਫਿਰ ਦੇਖੋ ਸਭ ਕੁਝ ਦੁਨੀਆ ਦਾ ਪਾਲੂਗੇ ਤੁਸੀਂ ਇਹੀ ਕਬੂਤਰ ਆਪਾਂ ਨੂੰ ਸਭ ਕੁਝ ਦਿੰਦੇ ਆ ਇਹਨਾਂ ਦੀ ਬਦੌਲਤ ਹੀ ਆਪਾਂ ਨਾਂ ਕਮਾਇਆ ਵਾ ਅਤੇ ਮੈਂ ਤੁਹਾਨੂੰ ਦਿਖਾ ਰਿਹਾ ਦੇਖ ਲਓ ਆ ਤੁਹਾਡੇ ਸਾਹਮਣੇ ਹੀ ਹੈ ਜਿਨ੍ਹਾਂ ਦੀ ਬਦੌਲਤ ਮੈਂ ਨਾਂ ਕਮਾਇਆ ਜਿਹਨੇ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਕਬੂਤਰਾਂ ਦੀ ਬਦੌਲਤ ਹੀ ਮਿਲਿਆ ਮੈਨੂੰ ਸਭ ਕੁਝ ਆਹ ਦੇਖ ਲਓ ਤੁਹਾਡੇ ਸਾਹਮਣੇ ਦਿਖਾ ਰਿਹਾ ਕਬੂਤਰਾਂ ਨੂੰ ਇਹ ਸਰਵਨ ਸਿੰਘ ਕਲੇਰ ਦੇ ਕਬੂਤਰ ਆ ਅਤੇ ਸਰਵਨ ਸਿੰਘ ਦਾ ਚੈਨਲ ਐਡ ਕਰ ਲਿਆ ਕਰੋ ਨੀਤੂ ਕਲੇਰ ਦੇ ਨਾਂ 'ਤੇ ਚੈਨਲ ਆ ਅਤੇ ਸਾਰੇ ਕਬੂਤਰ ਖਿਡਾਰੀਆਂ ਨੂੰ ਮੈਂ ਬੇਨਤੀ ਕਰਦਾ ਵੀ ਕਿਉਂ